ਯਕੀਨ ਨਹੀਂ ਮੰਨਦੇ ਜੀ ਸਾਡੀ ਇੰਨੀ ਕੁ ਮਾਰਕੀਟ ਆ ਪਿੰਡਾਂ ਵਾਲਿਆਂ ਨੇ ਸਾਨੂੰ ਗੱਕਨ ਇਹ ਕਹਿਣਾ ਸ਼ੁਰੂ ਕਰ ਦਿੱਤਾ ਦੱਸਤਾ ਵੀ ਜਿੰਨਾ ਚਿਰ ਤੁਹਾਡਾ ਰੋਡ ਨਹੀਂ ਬੰਨਦਾ ਅਸੀਂ ਇਧਰ ਐਂਟਰੀ ਨਹੀਂ ਕਰ ਸਕਦੇ ਹਾਂ ਬਿਲਕੁਲ ਅਜੇ 15 ਦਿਨ ਪਹਿਲਾਂ ਹੀ ਟਰੱਕ ਇੱਕ ਅੱਗੇ ਪਲਟ ਕੇ ਢੜਿਆ ਐਨਨ ਅਰਨਿਯੂ ਦੇਖ ਰਹੇ ਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਕੋਸ਼ਿਸ਼ ਹੈ ਕਿ ਜ਼ਮੀਨੀ ਪੱਧਰ ਦੇ ਤੋਡੇ ਨਾਲ ਜੁੜੀ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਈ ਜਾਵੇ ਜੋ ਕਿ ਪੱਤਰਕਾਰ ਦਾ ਫਰਜ਼ ਬਣਦਾ ਹੈ ਉਸੇ ਲਗਾਤਾਰ ਉਹ ਫਰਜ਼ ਨਿਭਾ ਰਿਹਾ ਤਸਵੀਰ ਨਕੂਦਰ ਦੀ ਹੈ ਜਿੱਥੇ ਕਿਸੇ ਉਰਜਾ ਪਾਇਆ ਗਿਆ ਉਸ ਤੋਂ ਬਾਅਦ ਥਾਂ ਇਹ ਨਰਮ ਹੋ ਚੁੱਕੀ ਹੈ ਇੱਕ ਦੇਖ ਸਕਦੇ ਹੋ ਇੱਕ ਇੱਥੇ ਟਰੱਕ ਪਲਟ ਚੁੱਕਿਆ ਹੈ ਇਸ ਵਿੱਚ ਬੋਰੀਆਂ ਲੱਦੀਆਂ ਸੀ ਟਰੱਕ ਪਲਟ ਚੁੱਕਿਆ ਜਾਨੀ ਨੁਕਸਾਨ ਹੋਣ ਦਾ ਵੱਡਾ ਖਰਚਾ ਇੱਥੇ ਡਲਿਆ ਹੈ ਹੋ ਸਕਦਾ ਸੀ ਜੇਕਰ ਇੱਥੇ ਕੋਈ ਇਨਸਾਨ ਖੜਾ ਹੁੰਦਾ ਤਾਂ ਉਸ ਦੇ ਉੱਪਰ ਵੀ ਬੋਰੀਆਂ ਦੇਖ ਸਕਦੇ ਸੀ ਪਰ ਵੱਡਾ ਜੋ ਇੱਥੇ ਖਰਚਾ ਜਾਨੀ ਨੁਕਸਾਨ ਦਾ ਉਹ ਟਲਿਆ ਨਗਰ ਕੌਂਸਲ ਦੇ ਚੌਣਾ ਹੋ ਚੁੱਕੀਆਂ ਸੱਤਾ ਦੇ ਵਿੱਚ ਦੋ ਹੀ ਪਾਲਟ ਤੁਸੀਂ ਜਾਣਦੇ ਹੋ ਕਲੰਮੇ ਸਮੇ ਤੋਂ ਆਈਆਂ ਪਰ ਇਹ ਵਿਕਾਸ ਕਿੰਨਾ ਹੋਇਆ ਨਕੋਦਰ ਸ਼ਹਿਰ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸ਼ਹਿਰ ਵਾਸੀ ਕੁਝ ਮੌਜੂਦ ਨੇ ਜੋ ਦੁਕਾਨ ਦੇ ਅੱਗੇ ਇਹ ਪਾਣਾ ਵਰਤਿਆ ਐਕਸ਼ਨਟ ਹੋਇਆ ਉਹਨਾਂ ਦੀ ਦੁਕਾਨ ਦੇ ਬਿਲਕੁਲ ਨਜ਼ਦੀਕ ਇਹ ਹਾਸਾ ਹੋਇਆ ਗੱਲਬਾਤ ਕਰਾਂਗੇ ਇਹ ਸਾਰਾ ਕਿਸ ਤਰ੍ਹਾਂ ਹੋਇਆ ਤੁਸੀਂ ਜੋ ਦੇਖਿਆ ਹਾਂਜੀ ਜੋ ਹਾਦਸਾ ਜੋ ਵਾਪਰਿਆ ਕਿਸ ਤਰ੍ਹਾਂ ਹੋਇਆ ਤੁਸੀਂ ਦੇਖਿਆ ਸਾਰਾ ਜੀ ਨਹੀਂ ਜੀ ਅਸੀਂ ਤਾਂ ਰਾਤ ਨੂੰ 10 ਵਜੇ ਚਲੇ ਜਾਂਦੇ ਹਾਂ ਜੀ 숍 ਬੰਦ ਕਰਕੇ ਉਸ ਦੇ ਦਰਮਿਆਨ ਸਾਡੇ ਕੋਲ ਇੱਥੇ ਮੋਟਰਸਾਈਕਲ ਸਕੂਟਰ ਕਾਰਾਂ ਖੜੀਆਂ ਹੁੰਦੀਆਂ ਇਹ ਸਾਡੇ ਗਵੰਡ ਕਰੈਨੀ ਦੀ ਦੁਕਾਨ ਹੈ ਜੀ ਇਹਨਾਂ ਦੇ ਮੁਰੇ ਵੀ ਸਕੂਟਰ ਮੋਟਰਸਾਈਕਲ ਕਾਰਾਂ ਖੜੀਆਂ ਹੁੰਦੇ ਆ ਕੁਦਰਤੀ ਸਵੇਰੇ ਸਾਡੇ ਡੈਡੀ ਜੀ ਸਵੇਰੇ 5:00 ਵਜੇ ਆਏ ਆ ਉਹਨਾਂ ਨੇ ਆ ਕੇ ਜਦੋਂ ਦੇਖਿਆ ਟਰੱਕ ਪਲਟਿਆ ਆ ਮੁੰਡਾ ਟਰੱਕ ਦਾ ਡਰਾਈਵਰ ਆ ਇਹ ਵਿੱਚ ਸੀਗਾ ਜੀ ਇਹਨਾਂ ਨੂੰ ਉਹਨਾਂ ਨੇ ਹੱਥਾਂ ਬਾਹ ਪਾ ਕੇ ਫੜ ਕੇ ਬਾਹਰ ਕੱਢਿਆ ਇੱਕ ਮੁੰਡਾ ਜਿਹੜਾ ਇਹਨਾਂ ਦਾ ਕਨੈਕਟਰ ਸੀਗਾ ਉਹ ਬਾਹਰ ਨਿਕਲ ਚੁੱਕਾ ਸੀ ਤੇ ਜਦੋਂ ਸਵੇਰੇ ਆਏ ਤੇ ਉਦੋਂ ਹੀ ਸਾਨੂੰ ਪਤਾ ਲੱਗਾ ਦੇਖਿਆ ਤੇ ਇਦਾਂ ਕਰਕੇ ਕਾਰਨ ਕੀ ਮੰਦੋ ਕਿ ਹਾਸਾ ਜੋ ਆਪਰਾ ਕਿਸ ਤਰ੍ਹਾਂ ਆ ਕਾਰਨ ਇਹ ਆ ਭਾਜੀ ਦੇਖੋ ਜੀ 6 ਮਹੀਨੇ ਹੋ ਗਏ ਆ ਸਿਵੇਰੇ ਪੈ ਚੁੱਕਾ ਸੀਮੀ ਨੇ ਹੋ ਗਿਆ ਸੀਵਰੇਜ ਪੈ ਚੁੱਕਾ ਆ ਆ ਪਰਲਾ ਰੋਡ ਤੁਸੀਂ ਦੇਖ ਸਕਦੇ ਹੋ ਜਿਹੜਾ ਜਲੰਧਰ ਨੂੰ ਜਾ ਰਿਹਾ ਕਪੂਰਥਲੇ ਤੋਂ ਇੱਧਰ ਜਲੰਧਰ ਨੂੰ ਜਾ ਰਿਹਾ ਉਹਨੂੰ ਪਏ ਨੂੰ 2 ਸਾਲ ਹੋ ਚੁੱਕੇ ਆ ਨਾ ਕਿ ਉਹਦੀ ਹਜੇ ਤੱਕ ਸੜਕ ਬਣੀ ਇਹ ਇੱਕ ਮੇਨ ਸ਼ਹਿਰ ਦੀ ਸੜਕ ਹੈ ਉੱਤੋਂ ਤੁਸੀਂ ਦੇਖੋ ਇਲੈਕਸ਼ਨ ਚੱਲ ਰਹੇ ਆ ਕੋਈ ਇੱਥੇ ਕੋਈ ਬਾਤ ਨਹੀਂ ਪੁੱਛੀ ਜਾ ਰਹੀ ਕੁਛ ਨਹੀਂ ਆ ਮਿੱਟੀ ਘੱਟੇ ਨਾਲ ਬੁਰੇ ਹਾਲਾਤ ਆ ਲੋਕਾਂ ਨੇ ਆਪਣੇ ਦੇਖੋ ਪਰਦੇ ਤੱਕ ਲਗਾਏ ਦੁਕਾਨਾਂ ਤੇ ਸਾਰਿਆਂ ਨੇ ਆਪਣੀਆਂ ਦੁਕਾਨਾਂ ਢਕੀਆਂ ਹੋਈਆਂ ਆ ਆ ਟੋਏ ਦੇਖੋ ਤੁਸੀਂ ਕਿੱਡੇ-ਕੱਡੇ ਪਏ ਆ ਹਜੇ ਥੋੜੇ ਦਿਨ ਪਹਿਲਾਂ ਹੀ ਇੱਥੇ 2-3 ਲੇਡੀਆਂ ਜਾ ਰਹੇ ਸੀਗੇ ਉਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਉਹ ਡਿੱਗੇ ਨਗਰ ਕੌਂਸਲ ਦੀਆਂ ਦੁਬਾਰਾ ਚੋਣਾਂ ਹੋਣ ਜਾ ਰਹੀਆਂ ਕਿ ਲੱਗਦਾ ਵਿਕਾਸ ਕੁਛ ਹੋਇਆ ਸਾਨੂੰ ਕੋਈ ਵਿਕਾਸ ਨਜ਼ਰ ਨਹੀਂ ਆ ਰਿਹਾ ਜੀ ਪੂਰਾ ਨਕੌਦਰ ਸ਼ਹਿਰ ਤੁਸੀਂ ਨਕੌਦਰ ਸ਼ਹਿਰ ਦੇ ਕਿਸੇ ਕੋਨੇ 'ਚ ਚਲੇ ਜਾਓ ਸਭ ਪਟਕੇ ਸਿੱਟੇ ਹੋਏ ਆ ਜੀ ਇੱਕ ਲੈਰੇ ਹੈ ਤੇ ਆਪਣੀਆਂ ਗਲੀਆਂ ਨੂੰ ਲੈ ਕੇ ਇਹ ਲੈ ਕੇ ਚੱਲਦੇ ਪਏ ਆ ਕਿ ਜਿੱਥੇ ਜੀ ਅਸੀਂ ਚਾਰ ਟਾਈਲਾਂ ਲਵਾਤੀਆਂ ਸੀ ਵਿਕਾਸ ਕਰ ਰਹੇ ਆ ਵਿਕਾਸ ਸ਼ਹਿਰ ਦਾ ਉਹ ਹੁੰਦਾ ਜੀ ਜਿੱਥੋਂ ਤੁਹਾਡੇ ਸ਼ਹਿਰ ਦੇ ਅੰਦਰ ਐਂਟਰੀ ਆ ਪਹਿਲਾਂ ਤਾਂ ਤੁਸੀਂ ਉਹ ਦੇਖੋ ਕਿਸੇ ਸ਼ਹਿਰ ਦੀ ਐਂਟਰੀ ਨੂੰ ਲੈ ਲਓ ਕਪੂਰਥਲੇ ਚੌਂਕ ਦੀ ਲੈ ਲਓ ਜਲੰਧਰ ਦੀ ਲੈ ਲਓ ਉਧਰੋਂ ਨੂਰਮੰਨ ਰੋਡ ਤੋਂ ਲੈ ਲਓ ਫੇਰ ਤੁਸੀਂ ਰੇਲਵੇ ਰੋਡ ਵਾਲਾ ਚਲੇ ਜਾਓ ਕਿਸੇ ਸ਼ਹਿਰ ਦੀ ਐਂਟਰੀ ਦਾ ਕੋਈ ਵਿਕਾਸ ਨਹੀਂ ਨਹੀਂ ਸਾਨੂੰ ਨਜ਼ਰ ਨਹੀਂ ਆ ਰਿਹਾ ਹੈਗਾ ਕਹਨ ਨੂੰ ਜੋ ਮਰਜ਼ੀ ਇਹ ਕਹੀ ਜਾਣ ਐਮਸੀਆ ਐਮਐਲਏ ਜੋ ਮਰਜ਼ੀ ਕਹਿ ਦੇਣ ਢੰਡਾ ਜੋ ਗਾਹਕ ਨਹੀਂ ਆਉਂਦੇ ਸਾਡੇ ਕੋ ਪਿੰਡ ਇਸ ਟਾਈਮ ਤੁਸੀਂ ਯਕੀਨ ਨਹੀਂ ਮੰਨਦੇ ਜੀ ਸਾਡੀ ਇੰਨੀ ਕੋ ਮਾਰਕੀਟ ਆ ਪਿੰਡਾਂ ਵਾਲਿਆਂ ਨੇ ਸਾਨੂੰ ਗਾਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਦੱਸਤਾ ਵੀ ਜਿੰਨਾ ਚਿਰ ਤੁਹਾਡਾ ਰੋਡ ਨਹੀਂ ਬਣਦਾ ਅਸੀਂ ਇਧਰ ਐਂਟਰੀ ਨਹੀਂ ਕਰ ਸਕਦੇ ਹਾਂ ਬਿਲਕੁਲ ਜੀ ਹਾਲਾਤ ਇੰਨੇ ਬੱਤਰ ਹੋ ਚੁੱਕਿਆ ਹੈ ਕਿ ਪਿੰਡਾਂ ਦੇ ਵਿੱਚ ਜੋ ਕਸਟਮਰ ਆਹ ਕਹਿੰਦਾ ਦੁਕਾਨਾਂ ਤੇ ਆਉਣਾ ਬੰਦ ਹੋ ਚੁੱਕਿਆ ਕਿਉਂਕਿ ਇੱਥੇ ਮਿੱਟੀ ਉੜਦੀ ਹੈ ਉਸ ਤੋਂ ਬਾਅਦ ਤੁਸੀਂ ਰੋਡ ਦੇ ਹਾਲਾਤ ਦੇਖ ਚੁੱਕੇ ਹੋ ਹਾਂਜੀ ਵੀਰ ਕੀ ਕਹਿਣਾ ਚਾਹੋਗੇ ਰੋਡ ਦੇ ਸੜਕ ਦੇ ਹਾਲਾਤ ਕਿਦਾਂ ਦੇ ਆ ਜੀ ਰੋਡ ਦੇ ਹਾਲਾਤ ਭਾਈ ਤੁਸੀਂ ਦੇਖ ਹੀ ਲਓ ਆਟੋਏ ਪਏ ਹੋਏ ਬੁਰਾ ਹਾਲ ਆ ਹਜੇ 15 ਦਿਨ ਪਹਿਲਾਂ ਹੀ ਟਰੱਕ ਇੱਕ ਅੱਗੇ ਪਲਟ ਕੇ ਹਟਿਆ ਇਹਨਾਂ ਨੂੰ ਫੇਰ ਨਹੀਂ ਅਗਲਾਈ ਇਹ ਫ ਅੱਜ 15 ਅਨਵਾਦ ਫੀਟ ਰਕ ਪਲਟ ਗਿਆ ਤੇ ਜੇ ਮਾਲਕਾਂ ਨੇ ਫੋਨ ਕੀਤਾ ਤੇ ਉਹ ਕਹਿੰਦੇ ਸੀ ਸਵੇਰ ਤੱਕ ਆਵਾਂਗੇ ਜੀ 4 ਵਜੇ ਦਾ ਸਵੇਰ ਦਾ ਟਰੱਕ ਪਲਟਿਆ ਹੋਇਆ ਤੇ ਹਜੇ ਤੱਕ ਨਹੀਂ ਆਇਆ ਸਵੇਰ ਦਾ 4 ਵਜੇ ਦਾ ਟਰੱਕ ਪਲਟਿਆ ਹੋਇਆ ਜੀ ਅਸੀਂ ਮੈਂ ਖੁਦ 4 ਫੋਨ ਕਰ ਚੁੱਕਾ ਆ ਇੱਥੇ ਖੰਭਾ ਸੀ ਬਿਜਲੀ ਦਾ ਜਿਹੜਾ ਇੱਥੇ ਦੁਕਾਨ ਦੇ ਉੱਤੇ ਲੱਗਾ ਹੈ ਤੁਹਾਨੂੰ ਉਹਦੀ ਫੋਟੋ ਚਾਹੀਦੀ ਮੈਂ ਤੁਹਾਨੂੰ ਦੇ ਸਕਦਾ ਮੈਂ ਖਿੱਚ ਕੇ ਰੱਖੀ ਹੋਈ ਆ ਖੁਦਾ ਨਾ ਖਾਸਤਾ ਜੇ ਕਿਤੇ ਉਹ ਛੱਡਾਂ ਤੇ ਡਿੱਗਦਾ ਜਾਂ ਕਿਤੇ ਹੋਰ ਬੰਦਿਆਂ ਦੇ ਆਂਦਾ ਤੇ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਅਗਰ ਤੁਸੀਂ ਵੀ ਇੱਥੋਂ ਦੇ ਰਹਿਣ ਵਾਲਿਆਂ ਉਹ ਜੋ ਭਾਈ ਹੁਣਾਂ ਕਹੇ ਤਾਂ ਆਪਾਂ ਉਹੀ ਗੱਲਾਂ ਚੁਣਿਆ ਏ ਥੋੜਾ ਜਿਆ ਦਿਖਣਾ ਚਾਹੀਦਾ ਆਪ ਵੀ ਬਿਜਲੀ ਬੋਰਡ ਨੂੰ ਦਿਖਣਾ ਚਾਹੀਦਾ ਬੰਦਿਆਂ ਨੂੰ ਦੇਖਣਾ ਚਾਹੀਦਾ ਟਰੱਕ ਮਾਲਕਾਂ ਨੂੰ ਅੱਗੇ ਦੇਖਣਾ ਚਾਹੀਦਾ ਹੁਣ ਸਵੇਰ ਦਾ ਟਰੱਕ ਟਰੱਕ ਪਲਟਿਆ ਤੇ ਉਹ ਬੈਠੇ ਰਾਮਨਾਰ ਆਪਣੇ ਘਰ ਬੈਠੇ ਆ ਟਰੱਕ ਪਰ ਜੀ ਗੁਰਸਾ ਹਰਸਾਏ ਤੋਂ ਆਇਆ ਫਗਵਾੜੇ ਜਾਣਾ ਸੀਗਾ ਰਾਤ ਇੰਨੀ ਧੁੰਦ ਸੀਗੀ ਉਸ ਨੇ ਬੰਦਿਆਂ ਨੇ ਟਰੱਕ ਵਾਲਿਆਂ ਨੇ ਬੰਦਿਆਂ ਨੇ ਪੁੱਛ ਕੇ ਰਸਤਾ ਇਹਨੂੰ ਕੱਢਿਆ ਜਦ ਕਿ ਉਹਨਾਂ ਨੂੰ ਕੀ ਪਤਾ ਇੱਥੇ ਕੀ ਸੀਵਰੇਜ ਪਿਆ ਜਾਂ ਨਹੀਂ ਪਿਆ ਸ਼ੀਰਦਾ ਉਹ ਦੇਖ ਲੋ 4 ਵਜੇ ਦਾ ਇਹਨਾਂ ਨੇ ਟਰੱਕ ਦੇ ਮਾਲਕਾਂ ਨੇ ਟਰੱਕ ਦੇ ਡਰਾਈਵਰ ਨੇ ਆਪਣੇ ਮਾਲਕਾਂ ਨੂੰ ਕਿਹਾ ਹੋਇਆ ਆ ਅਜੇ ਤੱਕ ਕੋਈ ਨਾ ਟਰੱਕ ਦਾ ਮਾਲਕ ਆਇਆ ਨਾ ਕੋਈ ਗੱਡੀ ਆਈ ਆ ਆ ਸਾਡੀ ਮੇਰੀ ਦੁਕਾਨ ਆ ਜੀ ਆ ਤਿੰਨ ਦੁਕਾਨਾਂ ਸਾਡੀਆਂ ਨਾਲ ਕਰਿਆਨੇ ਦੀ ਦੁਕਾਨ ਇਸ ਟਾਈਮ ਸਾਰਾ ਕਾਰੋਬਾਰ ਠੱਪ ਹੋਇਆ ਪਿਆ ਇੱਥੇ ਕੋਈ ਕਸਟਮਰ ਨਹੀਂ ਆ ਰਿਹਾ ਹੈ ਬਿਲਕੁਲ ਜੀ ਵਿਕਾਸ ਦੇ ਜਪੋਲ ਹੈ ਨਗਰਕੋਸ਼ ਦੇ ਚੌਣਾ ਦੁਬਾਰਾ ਚੱਲ ਰਹੀਆਂ ਪਰ ਵਿਕਾਸ ਤੁਹਾਡੇ ਸਾਹਮਣੇ ਅੱਜ ਮੀਨੀ ਹਕੀਕਤ ਤੁਹਾਨੂੰ ਦਿਖਾ ਰਿਹਾ ਕਿ ਵਿਕਾਸ ਕਿੰਨਾ ਇੱਥੇ ਹੋ ਚੁੱਕਿਆ ਤਸਵੀਰ ਤੁਹਾਡੇ ਸਾਹਮਣੇ ਆ ਟਰੱਕ ਡਰਾਈਵਰ ਵੀ ਸਾ ਜੋ ਟਰੱਕ ਚਲਾ ਰਹੇ ਸੀ ਤੇ ਕਿਦਾਂ ਹੱਸਾ ਪਰ ਗਿਆ ਉਸ ਪਤਾ ਨਹੀਂ ਚ ਲੈ ਕਿ ਚੱਕਰ ਹੋਇਆ ਸਰ ਜੀ ਯੱਕਦਮ ਹੀ ਉੱਥੋਂ ਅਸੀਂ ਚੜੇ ਆਂ ਬਸ ਉਹ ਥੋੜਾ ਜਿਹਾ ਤੇ ਸਾਨੂੰ ਕਿਸੇ ਨੇ ਕਹਦਾ ਕਹਦਾ ਅੱਗੋਂ ਮੁੜੂਗਾ ਜੀ ਆ ਫਗਵਾੜੇ ਨੂੰ ਰੋਡ ਜੀ ਅਸੀਂ ਯਾਨੀ ਕਿ ਉੱਥੋਂ ਤੁਰੇ ਆਂ ਬਸ ਇੱਥੇ ਤਾਂ ਹੀ ਆਏ ਆ ਯੱਕਦਮ ਹੀ ਗੱਡੀ ਬਹਿ ਗਈ ਸਾਡੀ ਇਹ ਮੁੰਡਾ ਥੱਲੇ ਸੀਗਾ ਉਤਰਿਆ ਹੋਇਆ ਮੈਂ ਵਿੱਚ ਸੀਗਾ ਯਾਨੀ ਗੱਡੀ ਚਲਾਉਂਦਾ ਹੀ ਪਿਆ ਸੀ ਛੱਟ ਫੇਰ ਤਾਂ ਟੋੜਾ ਬਚਾ ਹੋ ਗਿਆ ਮਾੜੀਆਂ ਮੋਟੀਆਂ ਵੱਡੀਆਂ ਜੀ ਗੁੱਜੀਆਂ ਕਾਦੀਆਂ ਮਾਲਕ ਨੂੰ ਫੋਨ ਕਰ ਚੁੱਕਿਆ ਹਾਂ ਹਾਂ ਜੀ ਮਾਲਕ ਨੂੰ ਗੱਲ ਕਰ ਰਿਹਾ ਆਉਂਦੇ ਪਈ ਮਾਲਕ ਤਾਂ ਗੱਡੀ ਲੈ ਕੇ ਆਉ ਟਰੱਕ ਵੀ ਦਿਖਾ ਦੇਣਾ ਜਿਸ ਥਾਂ ਤੇ ਪਲਟਿਆ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਸੜਕ 'ਲ ਮੈਂ ਤੁਹਾਨੂੰ ਲੈ ਚੱਲਦਾ ਜਿੱਥੇ ਕਿ ਟਰੱਕ ਜਦੋਂ ਆ ਰਿਹਾ ਇਸ ਤੋਂ ਜ਼ਮੀਨ ਅਚਾਨਕ ਥੱਲੇ ਤਸਦੀ ਹੈ ਔਰ ਉਸ ਤੋਂ ਬਾਅਦ ਇਹ ਖਤਰਨਾਕ ਹਾਦਸਾ ਵਾਪਰਦਾ ਟਰੱਕ ਪਲਟ ਜਾਂਦਾ ਜਾਨੀ ਨੁਕਸਾਨ ਹੁਣ ਤੋਂ ਬੱਚਾ ਟਰੱਕ ਟਾਇਰ ਬੱਚ ਬਚ ਚੁੱਕਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਜੇਕਰ ਦੂਜੀ ਸਾਈਡ ਕੋਈ ਵਿਅਕਤੀ ਖੜਾ ਹੁੰਦਾ ਤਾਂ ਉਹ ਵੀ ਥੱਲੇ ਆ ਸਕਦਾ ਸੀ ਪਰ ਕਿਸਮਤ ਚੰਗੀ ਕਿ ਸਭ ਕੁਝ ਬਚਾ ਹੋ ਗਿਆ ਕੈਮਰਾ ਪਰਸਨ ਦਿਵਿੰਦਰ ਸਹਿਮਤਨ ਹਰਦੀਪ ਨਕੌਦਰ ਨਿਊਜ਼ ਰਿਪੋਰਟ ਨਕੌਦਰ